लाली जिन्हां दी के पिछले दिनी मिति 18/3/18 ड्यू टू हार्ट अटैक उन्हां दे आत्मक शांति लई रखे अखंड पाठ साहिब दा भोग रखे पिया गुरद्वारा साहिब के उन्हां दे बहुत सारे रिश्तेदार भैन भरा दूरों नेड़ों ईवन विदेशों विचों भी काफ़ी लोग चल के श्रद्धांजलि देने वास्ते आए हैं। उन्हां दा परिवार दुख सांझा किया है। वो पिछले 40 साल तो यूएसए रह रहे सन। उन्होंने 3 बच्चे ने इत्थे वैगी संधू
ਅਤੇ ਵੱਡਾ ਬੇਟਾ ਹੈ ਕਰਮੀ ਸੰਧੂ, ਛੋਟੀ ਬੇਟੀ ਹੈ ਆਪਣੀ ਐਵੀ ਸੰਧੂ। ਤੋ ਇਹ ਜਿਹੜੀ ਪੂਰੀ ਫੈਮਿਲੀ ਹੈ ਇਹ ਸਾਰੀ USA ਤੋਂ ਆਈ ਹੋਈ ਸੀ ਕੁਛ ਦਿਨਾਂ ਵਾਸਤੇ, ਬਸ ਇਹ ਭਾਣਾ ਵਾਪਰ ਗਿਆ ਜਿਹਦੇ ਨਾਲ ਉਹਨਾਂ ਦੀ ਡੈਥ ਹੋ ਗਈ। ਅਤੇ ਅਸੀਂ ਸਾਰੀ ਸੰਗਤ ਦਾ ਔਰ ਪੰਜਾਬੀ ਲਾਈਵ TV ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਰਾ ਸਾਡਾ ਇਹ ਪ੍ਰੋਗਰਾਮ ਨਾਲ ਲਾਈਵ ਕੀਤਾ। ਥੈਂਕ ਯੂ ਵੈਰੀ ਮੱਚ। ਇਹਦੇ ਨਾਲ ਹੀ ਅਸੀਂ ਪੰਜਾਬ ਲਾਈਵ TV ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਡਾ ਪ੍ਰੋਗਰਾਮ ਸਾਰਾ ਲਾਈਵ ਟੈਲੀਕਾਸਟ ਕੀਤਾ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਹੇ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜੁਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਇ, ਏਕ ਬਹਾਦਰ ਸਿਮਰਿਆਇ ਘਰ ਨਾਨਕ ਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ, ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦਨ ਚੌਂਕੀਆਂ ਝੰਡੇ ਬੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਨੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀ, ਨੇਤਾਣਿਆਂ ਦੀ ਤਾਣ ਸਤਿਗੁਰੂ ਜੀ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ, ਆਪ ਜੀ ਦੇ ਸ੍ਰੀ ਮੁੱਖ ਵਾਕ ਹਨ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ। ਸਤਿਗੁਰੂ ਪਾਤਸ਼ਾਹ ਜੀਓ, ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਸੇਵਕ ਸਰਦਾਰ ਅਵਤਾਰ ਸਿੰਘ ਜੀ ਸੰਧੂ, ਸਤਿਗੁਰੂ ਪਾਤਸ਼ਾਹ ਜੀਓ, ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਸਤਿਗੁਰੂ ਜੀਓ, ਜਿਸ ਨੂੰ ਭੁਗਦੇ ਹੋਇਆਂ ਪਿਛਲੇ ਦਿਨੀ ਅਕਾਲ ਚਲਾਣਾ ਕਰ ਚੁੱਕੇ ਹਨ ਮਹਾਰਾਜ, ਜਿਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਮਿਲ ਕਰਕੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਆਪ ਜੀ ਕੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਪਰਸੋਂ ਦੇ ਰੋਜ਼ ਤੋਂ ਆਪ ਜੀ ਕਾ ਪਾਵਨ ਪਵਿੱਤਰ ਸਰੂਪ ਆਪਣੇ ਗ੍ਰਹਿ ਵਿਖੇ ਲਿਆ ਕਰਕੇ ਸੇਵਕ ਪਰਿਵਾਰ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸੀ ਸਤਿਗੁਰੂ ਪਾਤਸ਼ਾਹ ਜੀ। ਪਾਵਨ ਹਜ਼ੂਰੀ ਵਿੱਚ ਨਿਰਵਿਘਨਤਾ ਸਹਿਤ ਸੰਪੂਰਨ ਭੋਗ ਪਾਏ ਗਏ ਸਤਿਗੁਰੂ ਮਹਾਰਾਜ, ਕਿਰਪਾ ਕਰੋ ਜੀ
ਪਰ ਸੋਂਦੇ ਰੋਜ਼ ਤੋਂ ਬਾਠੀ ਸਿੰਘਾਂ ਕੋਲੋਂ ਗੁਰਬਾਣੀ ਪੜ੍ਹਦੇ ਹਾਂ, ਸੇਵਕਾਂ ਦੇ ਪਾਸੋਂ ਸੇਵਾ ਸਤਿਕਾਰ ਕਰਦੇ ਹਾਂ, ਗੁਰਬਾਣੀ ਸਰਵਣ ਕਰਦੇ ਹਾਂ, ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਵਿਚਰਦੇ ਹਾਂ। ਸਤਿਗੁਰੂ ਜੀਓ ਪਰ ਲੋਕ ਸੁਹੇਲੇ ਕਰੋ ਮਹਾਰਾਜ, ਦਰ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਜੀ, ਦਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਆਪਣੇ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰੋ। ਸਤਿਗੁਰੂ ਜੀ ਬੜੀ ਸੋਹਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਓ, ਸੇਵਕ ਪਰਿਵਾਰ ਨੇ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਗੁਰੂ ਘਰ ਦੇ ਵਾਸਤੇ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਪਾਤਸ਼ਾਹ ਜੀਓ ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਮਾਇਆ ਹੀ ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰੋ ਜੀ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰੋ। ਸਤਿਗੁਰੂ ਜੀ ਆਪ ਜੀ ਵੱਲੋਂ ਬਖਸ਼ਿਸ਼ ਕੀਤੀਆਂ ਦਾਤਾਂ ਦੇ ਵਿੱਚੋਂ ਪਾਵਨ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਕੀ ਦੇਗ ਸਜਾਈ ਹੈ। ਸਤਿਗੁਰੂ ਜੀਓ ਆਪ ਜੀ ਕੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ, ਜੋ ਜੀ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਕਿਰਪਾ ਕਰੋ ਸਤਿਗੁਰੂ ਜੀ। ਆਪ ਇਲਾਹੀ ਹੁਕਮ ਬਖਸ਼ਿਸ਼ ਕਰਕੇ ਆਈ ਹੋਈ ਸੰਗਤ ਨੂੰ ਕਿਰਤਾਰਥ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਲ ਬੁੱਧੀ ਬਖਸ਼ਿਸ਼ ਕਰਨੀ ਜੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ। ਅਹਿਨ ਸੁਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਪੁਰਸੋਂ ਚੱਟੀਐ, ਉਦ ਜਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹਿਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ ਰਹਾਉ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਵਿਛੜੀ ਹੋਈ ਰੂਹ ਵੀ ਗੁਰੂ ਚਰਨਾਂ ਵਿੱਚ ਸਤਿਗੁਰੂ ਮਹਾਰਾਜ ਆਪਣੇ ਥਾਂ ਦੇਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਇਹਨਾਂ ਦੇ ਬੱਚੇ ਸਰਦਾਰ ਪਰਮਜੀਤ ਸਿੰਘ ਜੀ ਜਿਹੜੀ ਹੈ ਇਸ ਬੱਚੇ ਦੇ ਸਿਰ 'ਤੇ ਆਈ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਬੇਨਤੀ ਹੈ ਸਰਦਾਰ ਪਰਮਜੀਤ ਸਿੰਘ ਜੀ ਗੁਰੂ ਚਰਨਾਂ ਵਿੱਚ ਆ ਕੇ ਮੱਥਾ ਟੇਕਣ। ਗੁਰੂ ਘਰ ਵੱਲੋਂ ਰੀਸ ਕਿਰਪਾਓ ਭੇਟ ਕੀਤਾ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਠੀਕ ਹੈ। ਆਪ ਦੇਖਣ ਹਾਰਾ
Yeah.
Thank you.
ਨਾਨਕ ਹਰਿ ਗੁਣ ਗਾਏਲੇ ਛਾੜ ਸਗਲ ਜੰਜਾਲ ਸਰਬੈ ਸਰਬੈ ਸਦਾ ਸਦਾ ਈਵੈ ਗਈ ਵਿਹਾਏ ਨਾਨਕ ਕਿਸਨੋ ਆਖੀਐ ਵੇਣ ਪੁਛਿਆ ਹੀ ਲੈ ਜਾਏ ਸੋ ਕਉ ਡਲ ਗੁਰ ਸੇਵੀਐ ਅਹਰਿਸ ਸਹਿਜ ਸੁਭਾਇ ਦਸੋ ਕੁਰਸੋਖੇ ਸਚੇ ਪਾਤਸ਼ਾਹ ਮਲ ਜਨਮ ਜਨਮ ਜੀ ਕਟੀਐ ਸਜਣ ਸਚਾ ਪਾਤਸ਼ਾਹ ਸਿਰ ਸ਼ਾਹ ਉਸ ਤੋਂ ਬਾਅਦ ਚਾਰ ਪਾਸ ਆਇਆ ਤੋਂ ਬਹੁਤ ਵੀ ਆ ਕਰਕੇ ਪਹੁੰਚ ਗਿਆ
ਅਮਰੀਕਾ ਵਿੱਚ ਕਈ ਸਮਾਂ ਲੰਮਾ ਸਮਾਂ ਨਿਯੁਕਤ ਰਹੇ, ਉਸ ਤੋਂ ਪਹਿਲਾਂ ਆਪਣੇ ਭਰਾਵਾਂ ਨੂੰ ਪ੍ਰਿਜ਼ਨ ਵਿੱਚ ਆਪ ਲਾਸ ਏਂਜਲਸ ਆਪਣੇ ਕਾਰੋਬਾਰ ਲੈ ਕੇ ਬੈਠ ਗਏ। ਲੰਮਾ ਟਾਈਮ ਕੰਮ ਕੀਤਾ, ਬਹੁਤ ਸਖ਼ਤ ਕੰਮ ਕੀਤਾ। ਲੇਕਿਨ ਹੁਣ 2 ਮਹੀਨੇ ਪਹਿਲਾਂ ਆਪਣਾ ਕਾਰੋਬਾਰ ਵੇਚ ਕੇ ਦੋਸਤਾਂ ਮਿੱਤਰਾਂ ਨੂੰ ਮਿਲਣ ਵਾਸਤੇ ਭਾਰਤ ਆਏ ਸੀ, ਲੇਕਿਨ 20 ਤਰੀਕ ਨੂੰ ਵਾਪਸ ਆ ਰਹੇ ਸਨ। ਉਸ ਸਮੇਂ ਸਭ ਤੋਂ ਵਿਛੜ ਗਏ, ਜਿਹਨਾਂ ਦਾ ਸਾਨੂੰ ਬਹੁਤ ਦੁੱਖ ਲਗਾਇਆ। ਅਸੀਂ ਇਹ ਇੱਦਾਂ ਲੱਗਦਾ ਕਿ ਉਹ ਜਿਹਨੇ ਆਪਾਂ ਇੱਥੇ ਲੋਕ ਆਏ ਹਾਂ, ਅਸੀਂ ਇਹਨਾਂ ਜ਼ਿਆਦਾ ਪਿਆਰ ਕਰਦੇ ਸੀ, ਇਹਨਾਂ ਜ਼ਿਆਦਾ ਪਿਆਰ ਸੀ ਉਹਨਾਂ ਦਾ। ਸੋ ਆਪਣੇ ਸਾਰਿਆਂ ਨਾਲ ਬੜਾ ਦਿਲੀ ਪਿਆਰ ਸੀ। ਮੈਂ ਸਭ ਦਾ ਇੱਕ ਵਾਰ ਧੰਨਵਾਦ ਕਰਦਾ ਜਿਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਦੁੱਖ ਦੇ ਸਮੇਂ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਹੁਣ ਮੈਂ ਪਦਮ ਸ਼੍ਰੀ ਕਰਤਾਰ ਸਿੰਘ ਨੂੰ ਬੇਨਤੀ ਕਰੂੰਗਾ, ਉਹ 2 ਮਿੰਟ ਲਈ ਆ ਕੇ ਸਰਦਾਰ ਅਵਤਾਰ ਸਿੰਘ ਸੰਧੂ ਲਾਲੀ, ਮੈਂ ਸਾਡੇ ਕੋਲ ਬਹੁਤ ਹੀ ਸਾਡੇ ਪਿਆਰੇ ਦੋਸਤ ਜਿਹੜੇ ਲਾਲੀ ਦੇ ਨਾਲ ਬਹੁਤ ਲੰਬਾ ਸਮਾਂ ਸੰਗ ਸੰਗ ਰਹੇ ਨੇ, ਸੁਰਿੰਦਰ ਸਿੰਘ ਸੋਢੀ ਨੂੰ ਬੇਨਤੀ ਕਰੂੰਗਾ ਕਿ ਉਹ 2 ਮਿੰਟ ਲਈ ਆ ਕੇ ਅਵਤਾਰ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ। 2 ਮਿੰਟ ਵਾਸਤੇ ਸਰਦਾਰ ਸੁਰਿੰਦਰ ਸਿੰਘ ਸੋਢੀ IPS IV ਰਿਟਾਇਰ ਹੋਏ ਨੇ ਪੰਜਾਬ ਦੇ ਚੋਂ, ਔਰ ਬੜੇ ਤਗੜੇ ਆਪਣੇ ਸਮੇਂ ਦੇ ਆਰਤੀ ਦੇ ਖਿਡਾਰੀ ਰਹੇ ਨੇ, ਇਤਨਾ ਵਾਢੀ ਨੇ। ਸੋ ਮੈਂ ਸੁਰਿੰਦਰ ਸਿੰਘ ਸੋਢੀ ਨੂੰ ਬੇਨਤੀ ਕਰੂੰਗਾ 2 ਮਿੰਟ ਵਾਸਤੇ ਆ ਕੇ ਸੰਤਾਂ ਦੇ ਕੋਲ ਫੁੱਲ ਭੇਟ ਕਰਨ। ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈਠੀ ਸਾਧ ਸੰਗਤ ਜੀ, ਫਤਿਹ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀਵੀ ਲਿਖਿਆ ਤਿਹਾ ਹੁਕਮ ਘੁਮਾਏ, ਧਰਤੇ ਵਾਲੇ ਨਾਨਕਾ ਸਦੇ ਉੱਠੇ ਜਾਏ। ਤੇ ਮਹਾਂਵਾਕ ਅਨੁਸਾਰ ਇਸ ਤਰ੍ਹਾਂ ਤੋਂ ਹੁਣੇ ਸ੍ਰੀ ਗੁਰਚਰਨ ਸਿੰਘ ਉਹਨਾਂ ਦੱਸਿਆ ਕਿ ਅਵਤਾਰ ਸਿੰਘ ਲਾਲੀ ਜਿਹੜੇ ਸਾਰੇ ਹੀ ਸਾਡੇ ਸੱਜਣਾ ਮਿੱਤਰਾਂ ਦੇ ਬਹੁਤ ਹੀ ਦੋਸਤ ਸੀਗੇ, ਉਹ ਕੁਛ ਦਿਨ ਪਹਿਲਾਂ 18 ਮਾਰਚ ਨੂੰ ਸਾਨੂੰ ਸਾਰਿਆਂ ਨੂੰ ਹੀ ਸਦੀਵੀ ਵਿਛੋੜਾ ਜਿਹੜਾ ਉਹ ਦੇ ਗਏ ਤੇ ਸਾਰਿਆਂ ਨੂੰ ਬਹੁਤ ਹੀ ਠੇਸ ਪਹੁੰਚੀ, ਜਿਹਨਾਂ ਜਿਹਨਾਂ ਨੇ ਵੀ ਉਹਨਾਂ ਨੂੰ ਇਹ ਖਬਰ ਨੂੰ ਸੁਣਿਆ। ਅਵਤਾਰ ਸਿੰਘ ਸੰਧੂ ਜਿਹਨਾਂ ਨੂੰ ਅਸੀਂ ਪਿਆਰ ਨਾਲ ਲਾਲੀ ਕਹਿੰਦੇ ਸੀਗੇ, ਔਰ ਲਾਲੀ ਦੇ ਨਾਲ ਹੀ ਮਸ਼ਹੂਰ ਸੀਗੇ ਸੰਧੂ, ਸ਼ਾਇਦ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਸੀਗਾ, ਔਰ ਲਾਲੀ ਨਾਲ ਹੀ ਉਹਨਾਂ ਦੀਆਂ ਅਸੀਂ ਗੱਲਾਂ ਬਾਤਾਂ ਕਰਦੇ ਸੀਗੇ। ਔਰ ਜਦੋਂ ਉਹ ਆਏ ਇੱਥੇ ਇੰਡੀਆ ਤੇ ਆਉਂਦੇ ਹੀ ਮੈਨੂੰ ਜ਼ਰੂਰ ਫੋਨ ਕਰਦੇ ਹੁੰਦੇ, ਤੁਹਾਨੂੰ ਮਿਲਦੇ ਸੀਗੇ। ਜਦੋਂ ਆਏ ਅਸੀਂ ਮਿਲੇ ਵੀ 2 ਘੰਟੇ ਗੱਲਾਂ ਬਾਤਾਂ ਕੀਤੀਆਂ, ਔਰ ਉਸ ਤੋਂ ਬਾਅਦ ਹੋਰ ਯਾਰਾਂ ਦੋਸਤਾਂ ਨੂੰ ਮਿਲਣ ਲਈ ਗਏ। ਲੇਕਿਨ ਜਿਹੜੀ ਖਬਰ ਉਹ ਅਸੀਂ ਜਦੋਂ ਸੁਣੀ ਤੇ ਬਹੁਤ ਦੁੱਖ ਲੱਗਾ। ਇਨਸਾਨ ਜਨਮ ਤਾਂ ਲੈਂਦਾ, ਉਹ ਇੱਕ ਹਵਾ ਦਾ ਬਲੂਲਾ, ਜਿੰਨਾ ਚਿਰ ਉਹ ਹਵਾ ਦਾ ਬਲੂਲਾ ਰਹਿੰਦਾ ਇਨਸਾਨ ਇਸ ਦੁਨੀਆਂ ਤੇ ਕੰਮ ਕਰਦਾ ਰਹਿੰਦਾ, ਪਰਿਵਾਰ ਪਾਲਦਾ, ਕਾਰੋਬਾਰ ਕਰਦਾ, ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਰਹਿੰਦਾ। ਔਰ ਲੇਕਿਨ ਜਦੋਂ ਉਹ ਹਵਾ ਦਾ ਬਲੂਲਾ ਜਿਹੜਾ ਨਿਕਲ ਜਾਂਦਾ ਤੇ ਉਹ ਸਰੀਰ ਜਿਹੜਾ ਹੈ ਉਹ ਪਰਮਾਤਮਾ ਦੇ ਲੜ ਲੱਗ ਜਾਂਦਾ। ਔਰ ਜਿੰਨਾ ਸਮਾਂ ਉਹਨਾਂ ਨੇ ਉਹ ਕੰਮ ਕੀਤਾ ਹੁੰਦਾ ਜਦੋਂ ਸਾਡੇ ਨਾਲ ਰਹਿੰਦੇ ਆ ਤੇ ਉਹ ਕਾਰਨ ਜਿਹੜੇ ਆ ਉਹਨਾਂ ਨੂੰ ਹੀ ਯਾਦ ਕੀਤਾ ਜਾਂਦਾ। ਉਹਨਾਂ ਨੇ ਆਪਣੇ ਪਰਿਵਾਰ ਦੇ, ਆਪਣੇ ਯਾਰਾਂ ਦੋਸਤਾਂ ਦੇ ਤੇ ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਦੇ ਵਿੱਚ ਬੜੇ ਅੱਛੇ ਕੰਮ ਕੀਤੇ ਆ। ਮੈਂ ਹਮੇਸ਼ਾ ਹੀ ਜਦੋਂ ਉਹਨੂੰ ਮਿਲਣਾ ਤੇ ਉਹਨੂੰ ਕਹਿਣਾ ਤੇ ਕਈ ਵਾਰੀ ਲਾਲੀ ਯਾਰਾਂ ਦੋਸਤਾਂ ਨਾਲ ਖੜਾ ਹੁੰਦਾ ਹੋਣਾ ਹੁੰਦਾ, ਲੇਕਿਨ ਕੰਮ ਛੱਡ ਕੇ ਆਪਣਾ ਨੁਕਸਾਨ ਕਰਕੇ ਵੀ ਖੜ ਜਾਂਦਾ। ਮੈਂ
ਨਿਊਯਾਰਕ ਗਿਆ, ਉੱਥੇ ਜਦੋਂ ਮੈਨੂੰ ਮਿਲਿਆ ਤਾਂ ਮੈਂ ਲਾਲੀ ਨੂੰ ਕਿਹਾ, ਮੈਂ ਕਿਹਾ ਲਾਲੀ ਦੁਬਾਰਾ ਮੈਂ ਤੇਰੇ ਕੋਲ ਤਾਂ ਆਉਣਾ ਜੇ ਤੂੰ ਆਪਣਾ ਕੰਮ ਸ਼ੁਰੂ ਕਰੇਗਾ, ਮੇਰੇ ਕੋਲੋਂ ਕਦੇ ਮੇਰਾ ਕਹਿਣਾ ਨਹੀਂ ਮੁੜ ਦੱਸਦਾ, ਜੋ ਮੈਂ ਕਹਿਣਾ ਉਹ ਕਹਿੰਦਾ ਸੀ ਭਾਜੀ ਸਿਰਫ ਤੇ ਉੱਦਾਂ ਹੀ ਕਰੂੰਗਾ। ਤੇ ਮੈਂ ਕਿਹਾ ਮੈਂ ਤੇਰੇ ਕੋਲ ਅਮਰੀਕਾ ਆਉਣਾ ਨਹੀਂ ਤਾਂ ਜਿੰਨਾ ਚਿਰ ਤੂੰ ਆਪਣਾ ਕੰਮ ਨਾ ਕੀਤਾ। ਯਾਰਾਂ ਦੋਸਤਾਂ ਦੇ ਨਾਲ ਵੀ ਕੰਮ ਕਰੀ ਦੇ ਆ, ਖੜੀ ਦਾ ਵੀ ਆ, ਲੇਕਿਨ ਇਹ ਵੀ ਹੈ ਕਿ ਆਪਣਾ ਨੁਕਸਾਨ ਕਰਕੇ ਯਾਰਾਂ ਦੋਸਤਾਂ ਦੇ ਨਾਲ ਕਹਿਣਾ, ਲੇਕਿਨ ਉਹ ਆਪਣਾ ਕਦੇ ਨੁਕਸਾਨ ਨਹੀਂ ਦੇਖਦਾ ਹੈਗਾ। ਕਹਿੰਦਾ ਯਾਰ ਦਾ ਜਿਹੜਾ ਜਦੋਂ ਮੈਂ ਨਾਲ ਉਹਦੇ ਦੇ ਨਾਲ ਮੋਢਾ ਲਾ ਕੇ ਖੜਾ ਹੋ ਗਿਆ ਤੇ ਫਿਰ ਉਹਦੀ ਫਤਿਹ ਹੋਣੀ ਚਾਹੀਦੀ। ਤੇ ਫਿਰ ਉਹਨੇ ਜਦੋਂ ਸਾਲ ਛੇ ਮਹੀਨੇ ਬਾਅਦ ਦੁਬਾਰਾ ਕੰਮ ਲਿਆ ਤਾਂ ਮੈਨੂੰ ਉਹਨੇ ਫੋਨ ਕੀਤਾ ਲਾਲੀ ਨੇ ਕਿ ਭਾਜੀ ਹੁਣ ਆ ਜਾਓ, ਮੈਂ ਕੰਮ ਲੈ ਲਿਆ ਆਪਣਾ ਸਟੋਰ ਲੈ ਲਿਆ ਜਿਹੜਾ ਤੁਸੀਂ ਕਹਿ ਕੇ ਗਏ ਮੈਨੂੰ। ਤੇ ਮੈਨੂੰ ਬੜੀ ਖੁਸ਼ੀ ਹੋਈ ਤੇ ਫਿਰ ਮਿਲ ਵੀ ਗਿਆ, ਉੱਥੋਂ ਮਿਲ ਕੇ ਆਇਆ। ਤੇ ਹਮੇਸ਼ਾ ਹੀ ਉਹਨੂੰ ਯਾਰਾਂ ਦੋਸਤਾਂ ਦਾ ਰਿਸ਼ਤੇਦਾਰਾਂ ਦਾ ਜਿਸ ਤਰ੍ਹਾਂ ਉਹਨੇ ਆਪਣੇ ਗੁਰਚਰਨ ਨੇ ਦੱਸਿਆ ਕਿ ਭੈਣਾਂ ਭਰਾਵਾਂ ਨੂੰ ਕਿਸ ਤਰ੍ਹਾਂ ਨਾਲ ਲੈ ਕੇ ਗਏ, ਔਰ ਇਕੱਲਾ ਭੈਣਾਂ ਭਰਾਵਾਂ ਦਾ ਜੀ ਉਹ ਆਪਣੇ ਕਜ਼ਨ ਬ੍ਰਦਰ ਜਾਂ ਹੋਰ ਸਾਰਿਆਂ ਦਾ ਬਹੁਤ ਹੀ ਖਿਆਲ ਰੱਖਣ ਵਾਲਾ ਇਨਸਾਨ ਸੀਗਾ। ਲਾਲੀ ਜਿੱਦਾਂ ਜਰਮਨ ਗਿਆ, ਜਰਮਨ ਤੋਂ ਅਮਰੀਕਾ ਗਿਆ, ਬਹੁਤ ਸੰਘਰਸ਼ ਕੀਤਾ। ਸੰਘਰਸ਼ਮਈ ਜ਼ਿੰਦਗੀ ਦੇ ਵਿੱਚ ਕਈ ਵਾਰੀ ਬੰਦਾ ਆਪਣਾ ਹੌਸਲਾ ਛੱਡ ਜਾਂਦਾ, ਲੇਕਿਨ ਉਹ ਬੰਦਾ ਇੱਕ ਮਰਦ ਬੰਦਾ ਸੀਗਾ ਜਿਹਨੇ ਜ਼ਿੰਦਗੀ ਚ ਹੌਸਲਾ ਨਹੀਂ ਛੱਡਿਆ, ਦੂਜਿਆਂ ਨੂੰ ਵੀ ਹੌਸਲਾ ਦਿੰਦਾ ਸੀਗਾ। ਲੇਕਿਨ ਇਹ ਨਹੀਂ ਸੀਗਾ ਸਾਨੂੰ ਪਤਾ ਕਿ ਲਾਲੀ ਨੇ ਇਸ ਦੁਨੀਆਂ ਵਿੱਚ ਥੋੜਾ ਚਿਰ ਰਹਿਣਾ। ਇਸ ਤਰ੍ਹਾਂ ਦੇ ਲੋਕ ਜਿਹੜੇ ਕੰਮ ਕਰਦੇ ਆ ਉਹ ਕਈ ਸਮਝਦੇ ਆ ਕਿ ਇਹ ਮੂਰਖ ਬੰਦੇ ਆ, ਲੇਕਿਨ ਨਹੀਂ, ਉਹ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਉਹਦੇ ਅਹਿਸਾਸ ਨੂੰ ਸਮਝਦੇ ਆ ਕਿ ਅਸੀਂ ਆਪਣੇ ਯਾਰਾਂ ਲਈ, ਆਪਣੇ ਰਿਸ਼ਤੇਦਾਰਾਂ ਲਈ ਕੀ ਕੰਮ ਕਰਨਾ। ਤੇ ਉਹ ਜਦੋਂ ਕੰਮ ਕਰ ਲੈਂਦੇ ਆ ਤੇ ਫਿਰ ਉਹ ਕਹਿੰਦੇ ਆ ਕਿ ਮੈਂ ਆਪਣਾ ਜਿਹੜਾ ਫਰਜ਼ ਆ ਮੈਂ ਉਹ ਨਿਭਾਇਆ ਆ। ਉਹ ਇਸ ਤਰ੍ਹਾਂ ਦਾ ਬੰਦਾ ਸੀ ਲਾਲੀ। ਹਮੇਸ਼ਾ ਹੀ ਜਦੋਂ ਹੁੰਦਾ ਸੀਗਾ ਆਪਣੇ ਇਲਾਕੇ ਵਿੱਚ ਵੀ ਹਮੇਸ਼ਾ ਅੱਛਾ ਕੰਮ ਕਰਦਾ ਸੀਗਾ, ਯਾਰਾਂ ਦੋਸਤਾਂ ਨੂੰ ਮਿਲਦਾ, ਧਾਰਮਿਕ ਸੰਸਥਾਵਾਂ ਦੇ ਵਿੱਚ ਜਾ ਕੇ ਵੀ ਕੰਮ ਕਰਦਾ ਹੈ। ਤੇ ਉਹਨਾਂ ਦੇ ਹੋਰ ਵੀ ਸੱਜਣ ਮਿੱਤਰ ਆਏ ਆ ਜਿਹੜੇ ਜਿਹਨਾਂ ਨੂੰ ਪਤਾ ਉਹਨਾਂ ਦੇ ਨਾਲ ਇਹ ਕੰਮ ਕਰਦਾ ਰਿਹਾ, ਔਰ ਜਿੰਨਾ ਸਮਾਂ ਉਹਨੇ ਸਾਡੇ ਨਾਲ ਬਤੀਤ ਕਰਨਾ ਸੀਗਾ ਉਹ ਕਰ ਗਿਆ। ਲੇਕਿਨ ਉਹਦੀਆਂ ਯਾਦਾਂ ਜਿਹੜੀਆਂ ਉਹ ਸਾਡੇ ਵਿੱਚ ਹਮੇਸ਼ਾ ਹੈ। ਯਾਦਾਂ ਬੰਦੇ ਦੀਆਂ ਤਾਂ ਹਮੇਸ਼ਾ ਇਨਸਾਨ ਦੇ ਮਨ ਦੇ ਵਿੱਚ ਰਹਿੰਦੀਆਂ, ਜਦੋਂ ਜਿਹੜਾ ਸਮਾਂ ਬਤੀਤ ਕਰਕੇ ਜਾਂਦਾ ਸਾਡੇ ਨਾਲ ਰਹਿੰਦਾ, ਉਹ ਕਾਰਜ ਜਿਹੜੇ ਉਹਨੇ ਕੀਤੇ ਹੁੰਦੇ ਆ ਉਹ ਕਾਰਜ ਉਹ ਬੰਦੇ ਨੂੰ ਭੁੱਲਣ ਨਹੀਂ ਦਿੰਦੇ। ਬੰਦਾ ਜਿਸਮਾਨੀ ਤੌਰ ਤੇ ਬੇਸ਼ੱਕ ਸਾਡੇ ਵਿੱਚੋਂ ਚਲਾ ਗਿਆ, ਅਸੀਂ ਉਹਨੂੰ ਦੇਖ ਨਹੀਂ ਸਕਦੇ, ਉਹਨੂੰ ਮਿਲ ਨਹੀਂ ਸਕਦੇ, ਲੇਕਿਨ ਉਹਦੀਆਂ ਯਾਦਾਂ, ਉਹਦੀਆਂ ਗੱਲਾਂ, ਜਿਸ ਤਰੀਕੇ ਦੇ ਜਿਸ ਲਹਿਜੇ ਦੇ ਵਿੱਚ ਉਹ ਗੱਲ ਕਰਦਾ ਸੀਗਾ ਉਹ ਸਾਡੇ ਮਨਾਂ ਦੇ ਵਿੱਚੋਂ ਜਾ ਨਹੀਂ ਸਕਦੀਆਂ, ਉਹਨਾਂ ਨੇ ਸਾਡੇ ਮਨਾਂ ਦੇ ਵਿੱਚ ਘਰ ਦਿੱਤਾ। ਜਿਹੜਾ ਦੁੱਖ ਹੁੰਦਾ ਉਹ ਜਦੋਂ ਅਸੀਂ ਇਕੱਠੇ ਹੋ ਕੇ ਪਰਿਵਾਰ ਨਾਲ ਮਿਲਦੇ ਹਾਂ ਉਹ ਮਿਲਣ ਨਾਲ ਘੱਟਦਾ, ਔਰ ਖੁਸ਼ੀ ਫਿਰ ਜਾਣ ਮਿਲਣਾ ਵੱਧਦੀ ਹੈ। ਸੋ ਮੈਂ ਇੱਕ ਵਾਰ ਫਿਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਵਾਹਿਗੁਰੂ ਲਾਲੀ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ, ਔਰ ਪਰਿਵਾਰ ਦੇ ਭਾਣਾ ਮੰਨਣ ਦਾ ਬਲ ਬਖਸ਼ੇ, ਯਾਰਾਂ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਹ ਠੀਕ ਆ ਕਿ ਹਰ ਇਨਸਾਨ ਨੇ ਜਾਣਾ, ਲੇਕਿਨ ਜਿਹੜੇ ਇਨਸਾਨ ਇਸ ਤਰ੍ਹਾਂ ਸਮਾਜ ਦੇ ਵਿੱਚ ਅੱਛਾ ਕੰਮ ਕਰਕੇ ਜਾਂਦੇ ਆ ਮੈਂ ਸਮਝਦਾ ਕਿ ਉਹ ਮਰਦੇ ਨਹੀਂ, ਉਹ ਹਮੇਸ਼ਾ ਅਮਰ ਰਹਿੰਦੇ ਆ। ਔਰ ਲਾਲੀ ਇਸੇ ਤਰ੍ਹਾਂ ਹੀ ਸਾਡੇ ਹਮੇਸ਼ਾ ਇਹਨਾਂ 'ਚ ਰਹੇਗਾ, ਔਰ ਉਹਦੀਆਂ ਯਾਦਾਂ ਸਾਡੇ ਨਾਲ ਰਹਿਣਗੀਆਂ। ਇਹਨਾਂ ਸ਼ਬਦਾਂ ਦੇ ਨਾਲ ਮੈਂ ਪਰਿਵਾਰ ਦਾ ਅਤੇ ਹੋਰ ਸਾਰੇ ਸੱਜਣਾਂ ਦਾ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਿਸ਼ਤੇਦਾਰ ਆਏ ਆ, ਅਸੀਂ ਪਰਿਵਾਰ ਦੇ ਨਾਲ ਖੜੇ ਹਾਂ, ਖੜਾਂਗੇ।
ਆਪਣੇ ਸਾਰੇ ਜ਼ਿੰਮੇਵਾਰੀ ਜਿਹੜੀ ਆ ਅੱਜ ਉਹਨਾਂ ਦੇ ਵੱਡੇ ਰੱਖ ਕੇ ਇੱਕ ਨਾਤੇ ਰੱਖ ਕੇ ਵੀ ਸੰਤੋਂ ਦੇ ਸਿਰ ਪਈ ਆ ਮੈਂ ਬੇਨਤੀ ਕਰੂੰਗਾ ਸਾਹਿਬ ਨੂੰ ਕਿ ਮੱਥਾ ਟੇਕ ਕੇ ਬੈਠ ਜਾਵੇ ਤਾਂ ਕਿ ਸਾਰੇ ਸੰਗਤ ਦੇ ਦਰਸ਼ਨ ਕਰ ਸਕੇ। ਹੁਣ ਇਹਦੇ ਆਪਣੇ ਸਟੋਰ ਖੁੱਲ੍ਹੇ ਆ ਨਾਲੀ ਦੇ ਇਹਨੂੰ ਪਹਿਲਾਂ ਸਿਰ 'ਤੇ ਖੜਾ ਕੀਤਾ ਇਹ ਦੱਸਦਾ ਗੱਲਾਂ ਕਰਦਾ ਬਲਤਾਰ ਸਿੰਘ ਬਲਤਾਰ ਸਿੰਘ ਨੂੰ ਦੱਸਦੇ ਸੀ ਕਿ ਆਪਣੀਆਂ ਗੱਲਾਂ ਸਾਂਝੀਆਂ ਕਰਦਾ ਕਿ ਮੈਨੂੰ ਪਾਪਾ ਨੇ ਬਹੁਤ ਆਪਾਂ ਸ਼ਾਦੀ ਕਰਦੀ ਹਾਂ ਤਾਂ ਉਹ ਅਮਨਦੀਪ ਛੋਟੀ ਬੇਟੀ ਸਭ ਤੋਂ ਉਹ ਵੀ ਬੇਟਾ ਅੱਜ ਮੱਥਾ ਟੇਕ ਲਓ ਇਹ ਸਾਰੇ ਲੜਕਾ ਰਹਿੰਦੇ ਆ ਲੋਸ ਏਂਜਲਸ ਦੇ ਵਿੱਚ ਇਹ ਬੇਟੀ ਇਹਦੇ ਸਕੂਲ 'ਚ ਪੜ੍ਹ ਰਹੀ ਆ। ਸੋ ਐਕਚੁਲੀ ਅਵਤਾਰ ਸਿੰਘ ਸੰਧੂ ਸੁਰ ਦੋਸਤਾਂ ਮਿੱਤਰਾਂ ਸੱਜਣਾਂ ਨੂੰ ਰਿਸ਼ਤੇਦਾਰਾਂ ਨੂੰ ਆਪਣਾ ਕਾਰੋਬਾਰ ਸਮੇਟ ਕੇ ਮਿਲ ਗਿਣ ਲਾਏ ਸੀ ਲੇਕਿਨ ਵਾਪਸ ਨਹੀਂ ਜਾ ਸਕੇ। ਮੈਨੂੰ ਯਾਦ ਆ ਕਿ ਇੱਕ ਦਿਨ ਪਹਿਲਾਂ ਮੈਂ ਫੋਨ ਕੀਤਾ ਕਹਿੰਦਾ ਵੀ ਕੀ ਪ੍ਰੋਬਲਮ ਕਹਿੰਦਾ ਮੈਂ ਅੱਜ ਚੱਲ ਜਾਣਾ ਮੈਂ ਡਾਕਟਰ ਨੂੰ ਚੈੱਕ ਕਰਾਉਣਾ ਅਤੇ ਸ਼ਾਮ ਨੂੰ ਮੈਂ ਲੁਧਿਆਣੇ ਚੱਲ ਜਾਣਾ ਕੱਲ੍ਹ ਨੂੰ ਮੈਂ ਦਿੱਲੀ ਚੱਲ ਜਾਣਾ ਦੋ ਦਿਨ ਮੈਂ ਮਿਲਣਾ ਕਹਿੰਦਾ ਮੈਂ ਅਗਲੇ ਦਿਨ ਫੋਨ ਕੀਤਾ ਭੈਣ ਜੀ ਕੁਲਵਿੰਦਰ ਆਪਣੀ ਪਤਨੀ ਨੂੰ ਕਿ ਭੈਣ ਜੀ ਕੀ ਹਾਲ ਚਾਲ ਆ ਦਾਦੀ ਕਿੱਥੇ ਆ ਕਹਿੰਦੇ ਉਹਦੇ ਹਸਪਤਾਲ ਆ ਬੜਾ ਸੀਰੀਅਸ ਆ ਤਾਂ ਥੋੜ੍ਹੇ ਚਿਰ ਬਾਅਦ ਪਤਾ ਲੱਗਾ ਕਿ ਉਹ ਸਾਡੇ ਕੋਲ ਹਸਪਤਾਲ ਵਿਛੜ ਗਏ ਨੇ ਤਾਂ ਸੋਢੀ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਯਾਦਾਂ ਉਹਨਾਂ ਦਾ ਪਿਆਰ ਸਾਡੇ ਦਿਲ ਵਿੱਚ ਆ ਸਦਾ ਰਹੇਗਾ। ਉਹ ਬੇਸ਼ੱਕ ਸਰੀਰਕ ਤੌਰ 'ਤੇ ਚਲ ਗਏ ਨੇ ਲੇਕਿਨ ਸਾਡੇ ਵਿੱਚ ਹੀ ਨੇ। ਇਸ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨੇ ਘਰ ਵਿੱਚ ਖੰਡ ਪਾਠ ਸਾਹਿਬ ਕਰਾ ਕੇ ਪਰਮਾਤਮਾ ਅੱਗੇ ਅਰਦਾਸ ਕੀਤੀ ਆ ਕਿ ਪਰਮਾਤਮਾ ਭਾਵ ਨੂੰ ਉਹਦਾ ਬਲ ਬਖਸ਼ੇ ਉਹਨਾਂ ਦੀ ਆਤਮ ਨੂੰ ਸ਼ਾਂਤੀ ਬਖਸ਼ੇ। ਆਪਾਂ ਸਾਰੇ ਇਸ ਮੌਕੇ ਇਕੱਤਰ ਹੋਏ ਹਾਂ। ਹੁਣ ਮੈਂ ਬੇਨਤੀ ਕਰਨ ਜਾ ਰਿਹਾ ਸਰਦਾਰ ਕੁਲਵਿੰਦਰ ਸਿੰਘ ਥਿਆੜਾ ਜਿਹੜੇ ਕਿ ਕਮਾਂਡਰ ਨੇ ਐਸ ਐਸ ਪੀ ਵਿੰਗ ਦੇ ਪਠਾਨਕੋਟ ਅੱਜ ਕੱਲ੍ਹ ਕਮਾਂਡ ਕਰ ਰਹੇ ਨੇ। ਸੋ ਮੈਂ ਥਿਆੜਾ ਸਾਹਿਬ ਨੂੰ ਜੋ ਅੰਤਰਰਾਸ਼ਟਰੀ ਖਿਡਾਰੀ ਵੀ ਨੇ ਜਿਮਨਾਸਟਿਕ ਦੇ ਸਾਡੇ ਬਹੁਤ ਹੀ ਪਰਮ ਮਿੱਤਰ ਨੇਕ ਇਨਸਾਨ ਸਮਾਜ ਸੇਵੀ ਕੰਮ ਕਰਨ ਵਾਲੇ ਮਹਿਫਲਾਂ ਦੀ ਸ਼ਾਨ ਸਰਦਾਰ ਕਰਤਾਰ ਸਿੰਘ ਹੁਣ ਅਮਰਦਾਸ ਵਿੱਚ ਜੁੜ ਪਈ ਸੀ ਗੁਰੂ ਪਿਆਰੇ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਦੁੱਖ ਭਰੀ ਘੜੀ ਦੇ ਵਿੱਚ ਆਪਾਂ ਸਾਰੇ ਅੱਜ ਇਕੱਤਰ ਆਏ ਹਾਂ। ਜਿਸ ਤਰ੍ਹਾਂ ਸੋਢੀ ਸਾਹਿਬ ਕਰਤਾਰ ਸਿੰਘ ਹੁਣਾਂ ਬਾਰੇ ਬੜੇ ਵਿਸਤਾਰ ਦੇ ਵਿੱਚ ਦੱਸ ਕੇ ਗਏ ਹਾਂ। ਜੋ ਇਨਸਾਨ ਇਸ ਸੰਸਾਰ ਦੇ ਵਿੱਚ ਆਇਆ ਉਸਨੇ ਵਸ਼ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਜਾਣਾ। ਲੇਕਿਨ ਜਿਤਨੀ ਆਯੂ ਪਰਮਾਤਮਾ ਨੇ ਉਸ ਇਨਸਾਨ ਨੂੰ ਬਖਸ਼ਿਸ਼ ਕੀਤੀ ਆ ਉਨੀ ਜੀਵਨ ਯਾਤਰਾ ਕਰਦੇ ਹੋਏ ਉਹ ਇਨਸਾਨ ਆਪਣੇ ਪਰਿਵਾਰ ਦੇ ਲਈ ਸਮਾਜ ਦੇ ਲਈ ਕੀ ਕੁਛ ਕਰਦਾ ਆ ਇਹ ਬਹੁਤ ਮਾਇਨੇ ਰੱਖਦੀ ਹੈ। ਸੋ ਅਵਤਾਰ ਸਿੰਘ ਹੁਣਾਂ ਨੂੰ ਮੈਂ ਅੱਜ ਸਵੇਰੇ ਢਿੱਲੋਂ ਹੁਣਾਂ ਦਾ ਲੇਖ ਜੋ ਉਹਨਾਂ ਨੇ ਉਹਨਾਂ ਦੀ ਜੀਵਨੀ ਬਾਰੇ ਲਿਖਿਆ ਪੜ੍ਹ ਰਿਹਾ ਸੀ ਕਿ ਉਹਨਾਂ ਨੇ ਕਿਸ ਤਰ੍ਹਾਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੀਆਂ ਭੈਣਾਂ ਭਰਾਵਾਂ ਨੂੰ ਵਿਦੇਸ਼ ਲਿਜਾ ਕੇ ਸੈੱਟ ਕੀਤਾ ਔਰ ਆਪਣਾ ਜੋ ਉਹਨਾਂ ਦਾ ਪਰਿਵਾਰਕ ਫਰਜ਼ ਸੀ ਉਸ ਨੂੰ ਮੈਂ ਸਮਝਦਾ ਕਿ ਬਾਖੂਬੀ ਉਹਨਾਂ ਨੇ ਨਿਭਾਇਆ ਔਰ ਸਮਾਜਿਕ ਤੌਰ 'ਤੇ ਵੀ ਮੈਨੂੰ ਬਹੁਤ ਥੋੜ੍ਹਾ ਸਮਾਂ ਉਹਨਾਂ ਦੇ ਨਾਲ ਬਤੀਤ ਕਰਨ ਦਾ ਮੌਕਾ ਮਿਲਿਆ। ਕੁਛ ਚਿਰ ਪਹਿਲੋਂ ਅੰਮ੍ਰਿਤਪਾਲ ਹੋਣਾਂ ਦੇ ਨਾਲ ਅਸੀਂ ਬੈਠੇ ਸੀ ਪਰ ਇੰਨੇ ਹਸਮੁੱਖ ਇਨਸਾਨ ਕਿ ਮੈਂ ਸਮਝਦਾ ਜਿਹੜਾ ਉਹਨਾਂ ਦੇ ਨਾਲ ਇੱਕ ਵਾਰੀ ਬਹਿ ਜਾਂਦਾ ਸੀ ਉਹ ਉਹਨਾਂ ਨੂੰ ਹਮੇਸ਼ਾ ਲਈ ਯਾਦ ਰੱਖਦਾ ਹੋਊਗਾ। ਜੇ ਸੁਭਾਅ ਦੇ ਮਾਲਕ ਸੀ ਸਤਿਗੁਰੂ ਮਹਾਰਾਜ ਮਿਹਰ ਕਰਨ ਕਿਉਂਕਿ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਅਰਦਾਸ ਕੀਤੀ ਹੈ ਸਾਰਿਆਂ ਨੇ
ਕਿ ਜਾਣੇ ਅਣਜਾਣੇ ਦੇ ਵਿੱਚ ਵੀ ਕਈ ਵਾਰੀ ਸੰਸਾਰਿਕ ਯਾਤਰਾ ਕਰਦੇ ਹਾਂ, ਇਨਸਾਨ ਕੋਲ ਕਈ ਗਲਤੀਆਂ ਹੋ ਜਾਂਦੀਆਂ। ਸਤਿਗੁਰੂ ਮਹਾਰਾਜ ਦੇਰ ਕਰ ਉਹਨਾਂ ਦੀਆਂ ਹੋਈਆਂ ਗਲਤੀਆਂ ਨੂੰ ਨਾ ਚਲਾਦੇ ਹੋਏ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਤੁਸੀਂ ਇੰਨੀ ਵੱਡੀ ਤਾਦਾਦ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ, ਇਹਨੂੰ ਪਰਿਵਾਰ ਦਾ ਦੁੱਖ ਲਾਜ਼ਮੀ ਤੌਰ 'ਤੇ ਘੱਟ ਹੋਇਆ। ਸੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰੀ ਵਿੱਚ ਬੈਠੇ ਹੋਏ ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਰੰਗਲਾ ਯਾਰ, ਇੱਕ ਰੰਗਲਾ ਮਿੱਤਰ, ਜੋ ਮੇਰੇ ਪਿੰਡ ਦੀਆਂ ਰੂਹਾਂ ਵਿੱਚੋਂ ਉੱਠਿਆ, ਗਲੀਆਂ ਵਿੱਚੋਂ ਉੱਠਿਆ, ਸਰਦਾਰ ਰਾਮ ਸਿੰਘ ਜੀ ਦੇ ਚਾਚਾ ਜੀ ਸਨ, ਸਰਦਾਰ ਰੂਹ ਸਿੰਘ ਜੀ ਦੇ ਘਰ ਪੈਦਾ, ਸਭਨਾਂ ਦੀ ਧਰਤੀ 'ਤੇ ਹੋਇਆ, ਜਵਾਨ ਹੋਇਆ, ਕਮਾਣ ਦੀ ਗਰਾਊਂਡ ਦੇ ਵਿੱਚ ਪੜ੍ਹਦੇ ਗਿਆ, ਇਲਾਕੇ ਦੇ ਨਾਲ ਮੂੰਹ ਰੱਖਿਆ, ਅਤੇ ਵੱਡਾ ਹੋ ਕੇ ਜਦੋਂ ਬਾਹਰ ਦੀ ਧਰਤੀ 'ਤੇ ਗਿਆ ਤਾਂ ਪਿੰਡ ਨੂੰ ਨਹੀਂ ਖੁੱਲਿਆ। ਪਿੰਡ ਵਿੱਚ ਜਿਹੜੇ ਇੱਕ ਸੰਧੂ ਸਾਹਿਬ ਗਿਆ, ਸੰਧੂ ਗੋਲ ਦੇ ਵੱਡ ਵਡੇਰੇ ਬਾਬਾ ਕਾਲਨਾਥ ਜੀ ਹੋਏ ਹੈ, ਔਰ ਬਾਬਾ ਕਾਲਨਾਥ ਦੀ ਯਾਦ ਦੇ ਵਿੱਚ ਪਿੰਡ ਵਿੱਚ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਾਇਆ। ਅਤੇ ਜਦੋਂ ਵੀ ਕੋਈ ਗੁਰਦੁਆਰਾ ਸਾਹਿਬ ਨੂੰ ਕੋਈ ਲੋੜ ਹੁੰਦੀ, ਜ਼ਰੂਰਤ ਹੁੰਦੀ, ਇੱਕ ਉੱਥੇ ਛੋਟੀ ਜਿਹੀ ਛੱਪੜੀ ਸੀ, ਅਤੇ ਜਦੋਂ ਇਹਨਾਂ ਦੇ ਚਾਚੇ ਦੇ ਪੁੱਤ ਸੁੱਖਾ ਜੀ ਨੇ ਦੇਖਿਆ, ਉਸੇ ਵੇਲੇ ਸਾਡੇ ਨਾਲ ਸਲਾਹ ਕਰਕੇ ਕਹਿੰਦਾ ਭਾਜੀ ਲਾਲੀ ਜੀ ਨੂੰ ਫੋਨ ਕਰਦਾ। ਤੇ ਜਦੋਂ ਅਵਤਾਰ ਸਿੰਘ ਜੀ ਉਹਨਾਂ ਨੂੰ ਫੋਨ ਕੀਤਾ, ਪਤਾ ਲੱਗਾ 10-15 ਲੱਖ ਰੁਪਈਆ ਦਾ ਉਸੇ ਵੇਲੇ ਪ੍ਰਬੰਧ ਕਰਕੇ, ਤੇ ਸੁੱਖੇ ਹੋਣਾਂ ਦੀ ਅਤੇ ਸਰਦਾਰ ਰਾਮ ਸਿੰਘ ਉਹਨਾਂ ਦੀ ਡਿਊਟੀ ਲਾਏ ਕਿ ਜਿਹੜਾ ਇਲਾਕਾ ਇੱਥੋਂ ਅਸੀਸਾਂ ਲੈ ਕੇ ਜਾਂਦਾ, ਇੱਥੋਂ ਆਪਣੀਆਂ ਸੇਵਾਵਾਂ ਲੈ ਕੇ ਜਾਂਦਾ, ਉਸ ਜਗ੍ਹਾ ਦੀ ਸੇਵਾ ਐਸੇ ਤਰੀਕੇ ਦੇ ਨਾਲ ਕਰਿਓ ਕਿ ਇੱਥੋਂ ਹਮੇਸ਼ਾ ਨਿਮਰਤਾ ਹੀ ਆਵੇ, ਨਿਮਰਤਾ ਹੀ ਆਵੇ, ਕਿਤੇ ਉੱਚੀ ਆਵਾਜ਼ ਨਾ ਆਵੇ। ਸਰਦਾਰ ਅਵਤਾਰ ਸਿੰਘ ਜੀ ਲਾਲੇ, ਜਿਨ੍ਹਾਂ ਦਾ ਪਿੰਡ ਦੇ ਨਾਲ ਇੰਨਾ ਮੋਹ ਸੀ, ਅਤੇ ਸਾਨੂੰ ਅੱਜ ਪਿੰਡ ਦੇ ਨਾਲ ਇੰਨਾ ਮੋਹ ਹੋ ਗਿਆ, ਇੰਨਾ ਮਾਣ ਹੋ ਗਿਆ, ਕਿਆ ਜ਼ਿਆਦਾ ਕੀ ਮੈਂ ਸੋਚੀਆਂ ਕਲਮਾਂ, ਜਿਹਦੇ ਵਿੱਚ ਬਾਬਾ ਨਾਮ ਜੀ ਵੱਲੋਂ ਸਰਦਾਰ ਹਰਦੇਵ ਸਿੰਘ ਜੀ ਟੀ ਓ, ਬਾਬਾ ਸੁੰਦਰ ਸਿੰਘ ਜੀ ਕਲਾਂ ਵੱਲੋਂ, ਸੁਰਜਿੰਦਰ ਸਿੰਘ ਜੀ ਰੰਧਾਵਾ, ਜਿਕਰ ਸੇਠ ਜੀ, ਬਾਬਾ ਕਾਲਮਿਆਰ ਜੀ ਕਲਾਂ ਵੱਲੋਂ ਰਾਣਾ ਪ੍ਰਧਾਨ ਜੀ, ਗੁਰਵਿੰਦਰ ਰੂਪੀ ਸਮਾਜ ਜੀ, ਹੋਰ ਸਰ ਸਾਹਿਬ ਜੀ ਅਤੇ ਹੋਰ ਸਮੁੱਚੀਆਂ ਕਲਾਬਾਂ ਇਲਾਕੇ ਵੱਲੋਂ ਇੱਥੇ ਪਹੁੰਚ ਕੇ ਇਹ ਦੁੱਖ ਜ਼ਾਹਰ ਕਰਦੇ ਆ। ਵਾਕਿਆ ਸਿਆਣਿਆਂ ਨੇ ਨਹੀਂ ਲਿਖਿਆ ਵੀ ਜੁੜ ਗਿਆ, ਅਤੇ ਅੱਜ ਅੱਖੀ ਵੀ ਦੇਖਿਆ ਜਦੋਂ ਸਰਦਾਰ ਰੂਪ ਸਿੰਘ ਜੀ ਅਵਤਾਰ ਦੇ ਲਾਗੇ ਜੁੜਦੇ ਸੀ, ਅਤੇ ਜਦੋਂ ਮੋਢਾ ਦੇਣ ਲੱਗੇ, ਵਾਕਿਆ ਹੀ ਪਿਓ ਨੂੰ ਪੁੱਤ ਨੂੰ ਮੋਢਾ ਵੀ ਦਿੱਤਾ ਜਾਂਦਾ, ਪਿਓ ਕੋਲੋਂ ਪੁੱਤ ਨੂੰ ਮੋਢਾ ਵੀ ਦਿੱਤਾ ਜਾਂਦਾ, ਇਹ ਮੇਰਾ ਡਾਢਾ ਰੱਬ ਹੀ ਆਪ ਹੀ ਸਾਡੀਆਂ ਸਾਰੀਆਂ ਦੁੱਖਾਂ ਦਾ ਇਹਨੂੰ ਸੰਪੂਰਨ ਕਰਾਵੇ। ਜੋ ਦੁੱਖ ਇਹ ਸਾਨੂੰ ਮਿਲਿਆ, ਸੋ ਸਾਡੇ ਕੋਲ ਦੁੱਖ ਆਪ ਹੀ ਸੁਹਾਵੇ। ਅਤੇ ਮੇਰੀ ਇੱਕ ਸੋਚੀ ਬੇਨਤੀ ਵੀ ਹੈ ਸਮੁੱਚੇ ਪਰਿਵਾਰ ਨੂੰ ਵੀ ਕਿ ਬਾਬਾ ਕਾਲਨਾਥ ਦੇ ਜੋੜ ਮੇਲੇ 'ਤੇ ਜਿਹੜੇ ਜੂਨ ਦੇ ਵਿੱਚ ਹੁੰਦਾ ਹੈ, ਸਰਦਾਰ ਅਵਤਾਰ ਸਿੰਘ ਜੀ ਲਾਲੀ ਦੀ ਯਾਦ ਦੇ ਵਿੱਚ ਸ੍ਰੀ ਖੰਡਪਾਠ ਸਾਹਿਬ ਦੇ ਭੋਗ ਉੱਥੇ ਪਾਏ ਜਾਣੇ ਹੈ, ਸੋ ਉਸਨੂੰ ਅਸੀਂ ਡੇਟ ਦੇ ਦਾਂਗੇ, ਅਤੇ ਉੱਥੇ ਵੀ ਕਿਰਪਾਲਤਾ ਕਰਕੇ ਪਹੁੰਚਣਗੇ, ਕਿਉਂਕਿ ਜੋ ਹੱਥੀ ਉਹਨਾਂ ਨੇ ਇੰਨੀਆਂ ਵਧੀਆ ਸੇਵਾਵਾਂ ਬਣਾਈਆਂ, ਇੰਨੇ ਵਧੀਆ ਪ੍ਰੋਗਰਾਮ ਕੀਤੇ ਆ, ਅਸੀਂ ਚਾਹਵਾਂਗੇ ਕਿ ਜਿਹੜੀ ਉਹਨੇ ਸੱਤ ਨੇ ਸੇਵਾ ਕੀਤੀ ਹੈ, ਸੰਤਾਂ ਦੀ ਕਿਰਪਾ ਕਰਨ, ਪਰਿਵਾਰ ਦੇ ਉੱਥੇ ਵੀ ਬੈਠ ਪੈਣ, ਇੰਨੇ ਬੇਨਤੀ ਕਰਦੇ ਹੋਏ ਪਰਿਵਾਰ ਦੇ ਨਾਲ ਸਮੁੱਚੀਆਂ ਕਲਮਾਂ ਵੱਲੋਂ ਦੁੱਖ ਯਾਦ ਕਰਦੇ ਆ, ਅਤੇ ਅਵਤਾਰ ਸਿੰਘ ਲਾਲੀ ਨੂੰ ਸਭਨਾਂ ਦੇ ਹੁਕਮ ਪੇਟ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਛੋਟੀ ਜਿਹੀ ਤੁਹਾਨੂੰ ਗੱਲ ਸਾਂਝੀ ਕਰਕੇ ਤੇ ਧੰਨਵਾਦ ਕਰਨਾ ਚਾਹੁੰਦਾ ਵਾ। ਸਰਦਾਰ ਕਿਰਪਾਲ ਸਿੰਘ ਖਜਾਰਾ ਦੇ ਬੇਟੇ
ਸੁਰਜਿੰਦਰ ਸਿੰਘ ਪੰਡਾ ਨਾਨੀ ਦੇ ਬੜੇ ਛੋਟੇ ਬਚਪਨ ਦੇ ਦੋਸਤ ਸੀਗੇ। ਜਦੋਂ ਉਹਨਾਂ ਦੇ ਪਿਤਾ ਜੀ ਜੁਗਲ ਦੇ ਸਰਦਾਰ ਕਿਰਪਾਲ ਸਿੰਘ ਉਹਨਾਂ ਨੇ ਇਹਦਾ ਹੱਥ ਫੜ ਕੇ ਲਾਲੀ ਨੂੰ ਕਿਹਾ ਵੀ ਤੇਰਾ ਛੋਟਾ ਭਰਾ ਹੈ, ਇਹਦੀ ਤੂੰ ਦੇਖ ਕੇ ਕਰਦੀ ਆ। ਤੇ ਕਈ ਵਾਰ ਗੱਲਾਂ ਸਾਂਝੀਆਂ ਆਉਂਦੀਆਂ ਸੀਗੀਆਂ ਕਿ ਲਾਲੀ ਦੇ ਭਰਾ ਇੱਕ ਦੋਸਤ ਨੂੰ ਅਮੈਰੀਕਾ ਟੋਰਾਂਟੋ ਕਨੇਡਾ ਲੈ ਕੇ ਗਏ, ਸਾਰਾ ਸਾਰੀ ਜ਼ਿੰਦਗੀ ਭਰਾਵਾਂ ਵਾਲਾ ਸਾਥ ਨਿਭਾਇਆ, ਉਹ ਸਾਡੇ ਕੋਲ ਇੱਥੇ ਪਹੁੰਚੇ ਨੇ ਟੋਰਾਂਟੋ ਤੋਂ। ਉਹਦਾ ਬੇਟਾ ਵੀ ਮਨਜਿੰਦਰ ਪਾਲ ਸਿੰਘ ਆਇਆ ਵਾ। ਸੋ ਮੈਂ ਸਾਰੇ ਪਰਿਵਾਰ ਵੱਲੋਂ ਇਸ ਤਰ੍ਹਾਂ ਸੁਰਜਿੰਦਰ ਸਿੰਘ ਪੰਡਾ ਨੂੰ ਬੇਨਤੀ ਕਰੂੰਗਾ ਕਿ ਉਹ ਆਈ ਸੰਗਤ ਦਾ ਧੰਨਵਾਦ ਕਰਨ। ਸਰਦਾਰ ਸੁਰਜਿੰਦਰ ਸਿੰਘ ਪੰਡਾ ਟੋਰਾਂਟੋ ਇੰਡੀਆ ਨੇ ਖਜ਼ਾਨਾ ਪੇੜਿਆ ਪਿੱਛੋਂ, ਔਰ ਬਹੁਤ ਹੀ ਮਿਲਸਾ ਤੇ ਬੜਾ ਇਹਨਾਂ ਦੇ ਪਰਮਾਤਮਾ ਦੀ ਕਿਰਪਾ ਆ। ਸੋ ਇਹ ਪਰਿਵਾਰ ਵੱਲੋਂ ਸਾਰੇ ਆਈ ਸੰਗਤ ਦਾ ਧੰਨਵਾਦ ਕਰ ਰਹੇ। ਹੁਣ ਪਰਿਵਾਰ ਦੇ ਵੀ ਇਸੇ ਤਰ੍ਹਾਂ ਹੀ ਰੱਖਿਓ, ਸਾਰਿਆਂ ਨੂੰ ਮੇਰਾ ਪਿਆਰ ਬਖਸ਼ਿਓ, ਕਿਰਪਾ ਰੱਖਿਓ। ਅਕਸਰ ਡੈਡੀ ਕਹਿੰਦੇ ਹੁੰਦੇ ਸੀ ਕਿ ਲਾਲੀ ਨੇ ਮੇਰਾ ਨਾਮ ਨਾ ਲਿਖਿਆ, ਇਹਦਾ ਰਿਸ਼ਤਾ ਬੜਾ ਦੇਗਾ। ਉਹ ਸਹੀ ਗੱਲ ਸੀਗੀ, ਉਹ ਸਾਰੇ ਬੇਟੇ ਮਹਿਸੂਸ ਕਰ ਰਹੇ ਕਿ ਰਿਸ਼ਤਾ ਵਾਕੇ ਬੜਾ ਤੇਜ਼ ਸੀ। ਜਿਹਨੂੰ ਵੀ ਮਿਲ ਜਾਂਦਾ ਵਾ ਕਿ ਮੁੰਡੇ ਦਾਦਾ ਆਪਣੇ ਸੀਨੇ ਨਾਲ ਸਮੇਟ ਕੇ ਰੱਖੇਗਾ। ਮੰਮੀ ਨੇ ਅਕਸਰ ਕਹਿਣਾ ਬੇਟਾ ਲਾਲੀ ਹੈਲਥ ਇਜ਼ ਵੈਲਥ, ਆਪਣੀ ਸਿਹਤ ਦਾ ਖਿਆਲ ਕਿਹਾ ਨਾ। ਠੀਕ ਆ ਮੰਮੀ, ਠੀਕ ਆ। ਪਰ ਮੈਂ ਅੱਜ ਸਾਰਿਆਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਉਸਨੂੰ ਸੱਚੀ ਸ਼ਰਧਾਂਜਲੀ ਇਹੀ ਆ ਕਿ ਅਸੀਂ ਸਾਰੇ ਪਰਿਵਾਰਾਂ ਨਾਲ ਵੱਧ ਤੋਂ ਵੱਧ ਟਾਈਮ ਦੇਈਏ, ਆਪਣੀ ਹੈਲਥ ਤੇ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਚੰਗੀ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਬਤੀਤ ਕਰੀਏ। ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ। ਅੱਜ ਅਸੀਂ ਇੱਥੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸਰਦਾਰ ਅਵਤਾਰ ਸਿੰਘ ਲਾਲੀ, ਜਿਨ੍ਹਾਂ ਦੀ ਕਿ ਪਿਛਲੇ ਦਿਨੀ ਮਿਤੀ 18/3/18 ਨੂੰ ਡਿਊ ਟੂ ਹਾਰਟ ਅਟੈਕ ਸੀ, ਉਹਨਾਂ ਦੇ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਸਾਹਿਬ ਦਾ ਭੋਗ ਰੱਖੇ ਪਿਆ ਗੁਰਦੁਆਰਾ ਸਾਹਿਬ ਨੇ। ਉਹਨਾਂ ਦੇ ਬਹੁਤ ਸਾਰੇ ਰਿਸ਼ਤੇਦਾਰ, ਭੈਣ ਭਰਾ ਦੂਰੋਂ ਨੇੜਿਓਂ, ਈਵਨ ਵਿਦੇਸ਼ਾਂ ਵਿੱਚੋਂ ਵੀ ਕਾਫੀ ਲੋਕ ਚੱਲ ਕੇ ਸਰਦਾਰੀ ਦੇਣ ਵਾਸਤੇ ਆਏ ਨੇ। ਉਹਨਾਂ ਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਉਹ ਪਿਛਲੇ 40 ਸਾਲ ਤੋਂ USA 'ਚ ਰਹਿ ਰਹੇ ਸਨ। ਉਹਨਾਂ ਦੇ 3 ਬੱਚੇ ਨੇ ਉੱਥੇ, ਮੈਗੀ ਸੰਧੂ, ਅਤੇ ਵੱਡਾ ਬੇਟਾ ਹੈ ਕਰਮੀ ਸੰਧੂ, ਛੋਟੀ ਬੇਟੀ ਹੈ ਐਵੀ ਸੰਧੂ। ਤੋ ਇਹ ਜਿਹੜੀ ਪੂਰੀ ਫੈਮਿਲੀ ਹੈ ਇਹ ਸਾਰੀ USA ਤੋਂ ਆਈ ਹੋਈ ਸੀ ਕੁਛ ਦਿਨਾਂ ਵਾਸਤੇ। ਬਸ ਇਹ ਭਾਣਾ ਵਾਪਰ ਗਿਆ ਜਿਹਦੇ ਨਾਲ ਉਹਨਾਂ ਦੀ ਡੈਥ ਹੋ ਗਈ। ਅਤੇ ਅਸੀਂ ਸਾਰੀ ਸੰਗਤ ਦਾ ਔਰ ਪੰਜਾਬੀ ਲਾਈਵ TV ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਰਾ ਸਾਡਾ ਇਹ ਪ੍ਰੋਗਰਾਮ ਨਾਲ ਲਾਈਵ ਕੀਤਾ। ਥੈਂਕ ਯੂ ਵੈਰੀ ਮੱਚ। ਇਹਦੇ ਨਾਲ ਹੀ ਅਸੀਂ ਪੰਜਾਬ ਲਾਈਵ TV ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਡਾ ਪ੍ਰੋਗਰਾਮ ਸਾਰਾ ਲਾਈਵ ਟੈਲੀਕਾਸਟ ਕੀਤਾ। ਬੋਲੇ